ਕੁਝ ਕਰ ਲਾ ਕਰ ਲਾ, ਦਿਨ ਨਜ਼ਦੀਕ ਆਉਂਦਾ ਜਾਂਦਾ ਏ ਹਸ਼ਰ ਦਾ। ਸੰਸਾਰ ਵਿੱਚ ਰਹਿ ਕੇ ਸੰਸਾਰ ਦਾ ਅਸੀਂ ਬਹੁਤ ਕੁਝ ਇਕੱਠਾ ਕਰਾਂਗੇ, ਧਨ ਦੌਲਤ ਰੁਤਬਾ ਸ਼ੋਹਰਤ ਬੇਹੱਦ ਕਮਾਈਆਂ ਕਰਦੇ ਹਾਂ ਕਿ ਖੌਰੇ ਕੱਲ੍ਹ ਨੂੰ ਪਰਿਸਥਿਤੀਆਂ ਅਜਿਹੀਆਂ ਆਉਣ ਕਿ ਸਾਨੂੰ ਪੈਸਿਆਂ ਦੀ ਲੋੜ ਪੈ ਜਾਏ। ਸਾਧ ਸੰਗਤ ਜੀ, ਇੱਥੇ ਇਕੱਠਾ ਕੀਤਾ ਭਾਵੇਂ ਬਹੁਤ ਜ਼ਿਆਦਾ ਵੀ ਹੋਏ, ਫਿਰ ਵੀ ਸਾਨੂੰ ਥੋੜ੍ਹਾ ਲੱਗਦਾ ਹੈ ਕਿ ਕੀ ਪਤਾ ਜੇ ਕੋਈ ਅਜਿਹੀ ਪਰਿਸਥਿਤੀ ਆ ਗਈ ਕਿ ਬਹੁਤਿਆਂ ਦੀ ਲੋੜ ਪੈ ਗਈ ਫਿਰ। ਅਤੇ ਸਾਧ ਸੰਗਤ ਜੀ, ਅਗਲੇ ਸਫ਼ਰ ਦਾ ਤਾਂ ਕੁਝ ਵੀ ਨਹੀਂ, ਆਤਮਕ ਫਿਊਚਰ ਦਾ ਤਾਂ ਕੁਝ ਨਹੀਂ ਇਕੱਠਾ ਕੀਤਾ, ਕੁਝ ਨਹੀਂ ਕਮਾਇਆ। ਜਿਹਦਾ ਇਹ ਗੱਲ ਨਿਸ਼ਚਿਤ ਹੈ ਕਿ ਉਸ ਫਿਊਚਰ ਨੇ ਆਉਣਾ ਹੀ ਆਉਣਾ ਹੈ, ਉਹਦੀ ਚਿੰਤਾ ਕਿੱਥੇ ਗਈ? ਉਹਦੀ ਚਿੰਤਾ ਕਿਉਂ ਨਹੀਂ ਕੀਤੀ? ਉੱਥੇ ਜੇ ਤੰਗੀਆਂ ਤਰੁੱਟੀਆਂ ਆਈਆਂ ਤਾਂ ਫਿਰ ਕੀ ਕਰਾਂਗੇ? ਕੀ ਉੱਥੋਂ ਵਾਸਤੇ ਕੁਝ ਹੈ ਕੋਲ? ਸਤ ਸੰਗਤ ਜੀ, ਅਕਸਰ ਮਾਪੇ ਬੱਚਿਆਂ ਨੂੰ ਸਮਝਾਉਂਦੇ ਨੇ, ਪੜ੍ਹ ਲਾ ਪੜ੍ਹ ਲਾ, ਦਿਨ ਨਜ਼ਦੀਕ ਆਉਂਦੇ ਜਾਂਦੇ ਨੇ ਪੇਪਰਾਂ ਦੇ। ਸਤ ਸੰਗਤ ਜੀ, ਸਾਡੇ ਵਾਸਤੇ ਵੀ ਬਸ ਇਹੀ ਸਮਝ ਹੈ, ਕੁਝ ਕਰ ਲਾ ਕਰ ਲਾ, ਦਿਨ ਨਜ਼ਦੀਕ ਆਉਂਦਾ ਜਾਂਦਾ ਇਹ ਹਸ਼ਰ ਦਾ। ਇਹ ਜ਼ਿੰਦਗੀ ਸਮੇਂ ਦੇ ਨਾਲ ਬੱਝੀ ਹੈ, ਸਮਾਂ ਰੁਕ ਨਹੀਂ ਰਿਹਾ, ਸਮਾਂ ਵੱਧਦਾ ਜਾ ਰਿਹਾ, ਪਲ ਪਲ ਕਰਕੇ, ਘੜੀ ਘੜੀ ਕਰਕੇ, ਦਿਨ ਦਿਨ ਕਰਕੇ, ਹਫ਼ਤਾ ਹਫ਼ਤਾ ਕਰਕੇ, ਮਹੀਨਾ ਮਹੀਨਾ ਕਰਕੇ, ਸਾਲਾਂ ਦੇ ਸਾਲ ਗੁਜ਼ਰਦੇ ਜਾ ਰਹੇ ਨੇ ਅਤੇ ਸਾਧ ਸੰਗਤ ਜੀ, ਮੌਤ ਕਰੀਬ ਆ ਰਹੀ ਅਤੇ ਸਾਡਾ ਸਾਰਾ ਚਿੰਤਨ, ਸਾਡੀ ਸਾਰੀ ਤਵੱਜੋ ਸੰਸਾਰ ਦੀ ਮਾਇਆ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ, ਉਹ ਮਾਇਆ ਜਿਹੜੀ ਅਸੀਂ ਇੱਥੇ ਹੀ ਛੱਡ ਜਾਣੀ, ਕਿਉਂਕਿ ਉਹ ਮਟੀਰੀਅਲ ਦੇ ਨਾਲ ਜੁੜੀ ਹੋਈ ਹੈ, ਉਹ ਸਾਡੇ ਸਰੀਰ ਦੇ ਨਾਲ ਜੁੜੀ ਹੋਈ ਹੈ। ਜਿਸ ਦਿਨ ਅਸੀਂ ਸਰੀਰ ਛੱਡਿਆ, ਉਹ ਸਭ ਕੁਝ ਛੁੱਟ ਜਾਏਗਾ ਜੋ ਸਾਡੇ ਸਰੀਰ ਨਾਲ ਜੁੜਿਆ। ਮਾਇਆ ਦੇ ਰੰਗਾਂ ਚ ਸਮਾਂ ਲੰਘ ਚੱਲਿਆ, ਓਲਿਆ ਮਨਾਓ ਜਪ ਰਾਮ ਨਾਮ ਨੂੰ ਸਮਾ ਲੰਘ
ਪਸੰਦ